ਆਉਣ ਵਾਲੀ 4 ਅਪ੍ਰੈਲ 2021 ਦਿਨ ਐਤਵਾਰ ਨੂੰ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਭਿੱਖੀ ਜ਼ਿਲ੍ਹਾ ਮਾਨਸਾ ਵਿਖੇ 200 ਪਿੰਡਾਂ ਦੇ ਬੱਚਿਆਂ ਦਾ ਗੁਰਬਾਣੀ ਮੁਕਾਬਲਾ ਅਤੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਜ਼ਾਰਾਂ ਬੱਚੇ ਔਰ ਬੱਚੀਆਂ ਭਾਗ ਲੈ ਰਹੇ ਹਨ ਅਤੇ ਇਸ ਸਮਾਗਮ ਵਿੱਚ ਕੌਮ ਦੇ ਮਹਾਨ ਕੀਰਤਨੀਏ ਕਥਾਵਾਚਕ ਹਾਜ਼ਰੀਆਂ ਪਾ ਰਹੇ ਹਨ ਜੀ ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਇਨਾਮ ਗਰੁੱਪ ਏ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦੂਸਰਾ ਇਨਾਮ ਸਮਾਰਟ LED ਤੀਸਰਾ ਇਨਾਮ ਸਾਈਕਲ ਚੌਥਾ ਇਨਾਮ ਜੂਸਰ ਗਰੁੱਪ ਬੀ ਪਹਿਲਾ ਇਨਾਮ ਪਲਾਟੀਨਾ ਮੋਟਰਸਾਈਕਲ ਦੂਸਰਾ ਇਨਾਮ ਸਮਾਰਟ LED ਤੀਸਰਾ ਇਨਾਮ ਸਾਈਕਲ ਚੌਥਾ ਇਨਾਮ ਜੂਸਰ ਸੋ ਆਪ ਦੇਸ਼ ਅਤੇ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਮਹਾਨ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿਓ ਜੀ ਸੇਵਾ ਭੇਜਣ ਲਈ ਸਕਰੀਨ ਉੱਪਰ ਸੰਸਥਾ ਦੇ ਸੰਪਰਕ ਅਤੇ ਅਕਾਊਂਟ ਨੰਬਰ ਦਿੱਤੇ ਗਏ ਹਨ ਸੋ ਇਹ ਸਮਾਗਮ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਹੀ ਨਿਪਰੇ ਚੜ੍ਹ ਸਕਦੇ ਹਨ ਸੋ ਵੱਧ ਤੋਂ ਵੱਧ ਸਿੱਖ ਸੰਗਤਾਂ ਸਹਿਯੋਗ ਦਿਓ ਜੀ